35000 ਸੀ ਸਿੰਘਾਂ ਦੀ ਯਾਦ ਦੇ ਵਿੱਚ ਰਹੀੜਾ ਵਿਖੇ ਬਾਦਲ ਸਰਕਾਰ ਨੇ ਉਹਨੇ ਯਾਦ ਦੇ ਵਿੱਚ ਯਾਦਗਾਰ ਬਣਾਈ ਸੀਗੀ ਅੱਜ ਤੁਸੀਂ ਸਾਰੀ ਦੇਖ ਹੀ ਲੈਂਤੀ ਆ ਜੋ ਕਿ ਬਿਲਕੁਲ ਖੰਡੜ ਖੰਡਰ ਬਣਦੀ ਮਤਲਬ ਉਹਦੇ ਤੇ ਆਈ ਪਈ ਆ ਕਿਨਾਰੇ ਤੇ ਆਈ ਪਈ ਆ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਇਤਿਹਾਸ ਦੀ ਜਿਹੜੀ ਬਣੀ ਹੋਈ ਯਾਦਗਾਰ ਉਹਦੀ ਸੰਭਾਲ ਕੀਤੀ ਜਾਵੇ ਜੋ ਯਾਤਰੀ ਸ਼ਰਧਾਲੂ ਦੇਖਣ ਵੀ ਆਉਂਦੇ ਨੇ ਯਾਦਗਾਰ ਨੂੰ ਉਹ ਨਿਰਾਸ਼ ਹੋ ਕੇ ਮੁੜਦੇ ਨੇ ਐਡਾ ਵੱਡਾ ਇਤਿਹਾਸ ਦੁਨੀਆ ਤੇ ਕਿਤੇ ਨਹੀਂ ਹੈਗਾ ਇਹਨੂੰ ਸਵਾਲਣ ਦੀ ਬਹੁਤ ਹੀ ਸਖਤ ਜ਼ਰੂਰਤ ਆ ਜੀ ਹਾਂ ਬਿਲਕੁਲ ਦੇਖੋ ਜੀ 35 35000 ਸਿੰਘ ਸੀਧਾ ਦੀ ਯਾਦ ਦੇ ਵਿੱਚ ਸਾਡੇ ਪਿੰਡ ਇਹ ਸਮਾਰਕ ਬਣਿਆ ਆਪਣੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਸਮੇਂ ਇਹ ਸਮਾਰਕ ਬਣਿਆ ਇਹ ਸਾਡੇ ਪਿੰਡ ਔਰ ਆਪਣੇ ਜ਼ਿਲ੍ਹੇ ਦੀ ਸ਼ਾਨ ਆ ਜੀ ਤੇ ਅੱਜ ਮਤਲਬ ਇੱਥੇ ਅਸੀਂ ਦੇਖਦੇ ਆ ਜਦੋਂ ਇਹ ਬਿਲਕੁਲ ਸਹੀ ਸੀ ਸਰਕਾਰ ਦੇ ਵੇਲੇ ਤਾਂ ਬਾਦਲ ਸਰਕਾਰ ਵੇਲੇ ਤਾਂ ਬਹੁਤ ਵਧੀਆ ਸੀ ਲਾ ਲੋ ਵੀ ਹਰ ਜ਼ਿਲ੍ਹੇ ਚੋਂ ਪੰਜਾਬ ਚੋਂ ਪੰਜਾਬ ਤੋਂ ਬਾਹਰੋਂ ਵੀ ਇੱਥੇ ਟੂਰਿਸਟ ਆਉਂਦਾ ਸੀਗਾ ਸਰਦਾਲੂ ਆਉਂਦੇ ਸੀਗੇ ਜੀ ਹੁਣ ਜੇ ਆਪਾਂ ਦੇਖੀਏ ਹੁਣ ਤੁਸੀਂ ਦੇਖ ਹੀ ਲਿਆ ਵੀ ਹਾਲਾਤ ਕੀ ਨੇ ਜੀ ਹੁਣ ਇੱਥੇ ਇੰਨਾ ਝਾੜ ਸੁਸੜ ਹੋਇਆ ਪਿਆ ਕੋਈ ਜਾਨਵਰ ਨੇ ਸਪਸ ਪੋਲੀਏ ਵਿੱਚ ਰਹਿਣ ਲੱਗੇ ਜੀ ਜਿਸ ਦੀ ਵਜ੍ਹਾ ਕਰਕੇ ਅੱਜ ਜਿਹੜੀ ਸੰਗਤ ਆ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਡਰ ਪੈ ਗਿਆ ਜਿੱਥੇ ਕੀ ਇਹ ਭਰਿਆ ਰਹਿੰਦਾ ਸੀ ਸਾਡੀ ਸਰਕਾਰ ਨੂੰ ਇਹੀ ਬੇਨਤੀ ਆ ਬੀ ਇਹ ਸਾਡੇ ਪਿੰਡ ਦੀ ਸ਼ਾਨ ਆ ਸਾਡੇ ਜ਼ਿਲ੍ਹੇ ਦੀ ਸ਼ਾਨ ਆ ਔਰ ਬਹੁਤ ਵੱਡੀ ਯਾਦਗਾਰ ਆ 35000 ਸਿੰਘ ਸੀ ਦਾਦੇ ਯਾਦ ਦੇ ਵਿੱਚ ਹੀ ਬਣਿਆ ਹੋਇਆ ਇਹਦੀ ਇਸ ਯਾਦਗਾਰ ਨੂੰ ਉਵੇਂ ਹੀ ਪ੍ਰੋਪਰ ਵਧੀਆ ਢੰਗ ਨਾਲ ਦੁਬਾਰਾ ਫੇਰ ਤੋਂ ਕਾਇਮ ਕੀਤਾ ਜਾਵੇ ਤਾਂ ਜੋ ਸ਼ਰਧਾਲੂ ਬੜੀ ਖੁਸ਼ੀ ਨਾਲ ਆਉਣ ਤੇ ਮੈਂ ਉਹਨਾਂ ਦੇ ਵਿੱਚ ਮੈਂ ਨਿਰਾਸ਼ਾ ਨਾ ਹੋਵੇ ਵੀ ਅਸੀਂ ਗਏ ਸੀ ਹੁਣ ਤੁਸੀਂ ਦੇਖਿਆ ਹੀ ਹੈ ਜੀ ਜਿਹੜੇ ਸ਼ਰਧਾਲੂ ਇਸ ਹਾਲਾਤਾਂ ਦੇ ਵਿੱਚ ਆਉਣਗੇ ਉਹ ਮੁੜ ਕੇ ਦੁਬਾਰਾ ਨਹੀਂ ਆਉਣਗੇ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਪਿੰਡ ਦੀ ਸ਼ਾਨ ਨੂੰ ਲੋਕ ਬਾਹਰ ਜਾ ਕੇ ਨਿੰਦਾਂ ਅਸੀਂ ਤਾਂ ਦੇਖਣ ਆਏ ਸੀ ਵੀ ਅਜੂਬਾ ਬਣਿਆ ਹੋਇਆ ਆ ਪਰ ਇੱਥੇ ਤਾਂ ਬਿਲਕੁਲ ਕਚਰਾ ਆ ਕੁਝ ਨਹੀਂ ਹੈਗਾ ਦੇਖਣ ਵਾਲਾ ਵੀ ਜਿੰਨੀ ਇਮਾਰਤ ਬਣੀ ਹੈ ਮਿੱਟੀ ਹੋਈ ਪਈ ਸਾਰੀ ਆ ਤੁਸੀਂ ਦੇਖ ਹੀ ਲਓ ਕੋਈ ਕਰਮਚਾਰੀ ਨਹੀਂ ਹੈਗਾ ਕੋਈ ਸਕਿਉਰਟੀ ਨਹੀਂ ਹੈਗੀ ਇੱਥੇ ਤਾਂ ਬੁਰਾ ਹੀ ਹਾਲ ਆ ਜੇ ਇਹੀ ਹਾਲ ਰਿਹਾ ਫਿਰ ਤਾਂ ਸਿੱਖ ਇਤਿਹਾਸ ਹੀ ਖਤਮ ਖਤਮ ਹੀ ਹੋ ਜਾਏਗਾ ਭਾਜੀ ਬਿਲਕੁਲ ਖਤਮ ਹੋ ਜਾਏਗਾ 100% ਆ ਵੀ ਜੇ ਇੰਨਾ ਪੈਸਾ ਲੱਗ ਕੇ ਵੀ ਕੋਈ ਸਾਂਭ ਨਹੀਂ ਕਰ ਰਿਆ ਤਾਂ ਫਿਰ ਇਹਨਾਂ ਨੇ ਬਣਾਉਣਾ ਕੀ ਐ ਅਗੋਂ ਇਹ ਤਾਂ ਪਹਿਲਾਂ ਬਣੇ ਹੋਏ ਨੂੰ ਨਹੀਂ ਸਾਂਭ ਸਕਦੇ ਹੂੰ ਇਹਨਾਂ ਨੂੰ ਲਿਖਿਆ ਤੁਸੀਂ ਉੱਪਰ ਉਹ ਉੱਤੋਂ ਗੁੰਮਰ ਦੀਆਂ ਟੈਲਾਂ ਵੀ ਡਿੱਗ ਰਹੀਆਂ ਸਾਰੀਆਂ ਹੀ ਪਰ ਇਹਨਾਂ ਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਜਿਹੜੇ ਵੀ ਹੈਗੇ ਨੇ ਪ੍ਰਸ਼ਾਸਨ ਵਾਲੇ ਵੀ ਇੱਥੇ ਆ ਕੇ ਦੇਖਣ ਤੇ ਇਹਦੀ ਸਾਂਭ ਸੰਭਾਲ ਕਰਨ ਲਈ ਜ਼ਿੰਮੇਵਾਰੀ ਲੈਣ ਤੁਸੀਂ ਭਾਜੀ ਖੁਸ਼ ਹੋ ਕੇ ਆਏ ਹੋਗੇ ਅਸੀਂ ਤਾਂ ਭਾਜੀ ਬੜੇ ਮਤਲਬ ਆਏ ਸੀ ਵੀ ਅਜੂਬਾ ਦੇਖ ਕੇ ਆਉਣਾ ਹੈ ਬਹੁਤ ਸੋਹਣੀ ਜਗ੍ਹਾ ਬਣਾਈ ਹੋਈ ਹੈ ਇੱਥੋਂ ਘਟੂ ਘਟ 150 ਕਿਲੋਮੀਟਰ ਤੋਂ ਆਏ ਆ ਅਸੀਂ ਤੇ ਇੱਥੇ ਇਹ ਨਹੀਂ ਪਤਾ ਲੱਗਣ ਦੇ ਜਾਣਾ ਕਿੱਧਰ ਨੂੰ ਭਾਂਗ ਹੀ ਭਾਂਗਿਆ ਬਸ ਦਾ ਬੂਟੀ ਰੋਣਾ ਹੁੰਦਾ